ਵੈਲਕਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਰਜਬ ਅਲੀ, ਤੁਸੀਂ ਵੇਖ ਰਹੇ ਨੀਲੀ ਪੰਜਾਬ ਟੀਵੀ। ਸਭ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ, ਬੈਲ ਆਈਕੋਨ ਦੇ ਬਟਨ ਕਰੋ ਕਿ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਵੀਡੀਓ ਤੱਕ ਪਹੁੰਚ ਸਕੇ। ਦੋਸਤੋ, ਅੱਜ ਤੁਹਾਡੇ ਵਾਸਤੇ ਇੱਕ ਬੜੀ ਖੂਬਸੂਰਤ ਮਾਈ ਦੀ ਵੀਡੀਓ ਲੈ ਕੇ ਮੇਰਾ ਕੈਮਰਾਮੈਨ ਰਮਾਜ ਫਾਂਦ ਹੈ, ਉਸ ਤੋਂ ਬਾਅਦ ਮਾਰਕ ਨਾਲ ਗੱਲ ਕਰਾਂਗੇ। ਦੋਸਤੋ, ਅਗਰ ਸਾਡੀ ਵੀਡੀਓ ਤੁਹਾਨੂੰ ਪਸੰਦ ਆਵੇ ਤਾਂ ਇਹਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰਨਾ ਅਤੇ ਆਪਦੇ ਕਮੈਂਟਸ ਦਾ ਵੀ ਇਜ਼ਹਾਰ ਕਰਨਾ। ਦੋਸਤੋ, ਚੰਗਾ ਵੱਡਾ ਕੱਦ ਮਾਸ਼ਾਅੱਲਾ, ਬਹੁਤ ਵੱਡੀ ਮੱਝ ਹੈ, ਜਿੰਨੀ ਵੱਡੀ ਆਪ ਹੈ ਓਨਾ ਵੱਡਾ ਇਸ ਦਾ ਹਵਾਨਾ ਹੈ ਮਾਸ਼ਾਅੱਲਾ। ਪੂਰੀਆਂ ਤੱਕਾਂ ਅਤੇ ਪੂਰਾ ਫੁੱਟ ਦਾ ਚੌੜਾ ਹਵਾਨਾ ਹੈ ਮਾਸ਼ਾਅੱਲਾ। ਦੇਖੋ ਜਿਹੜਾ ਨਾ ਲੱਤਾਂ ਖੋਲ੍ਹ ਖੋਲ੍ਹ ਕੇ ਟੁਰਦੀ ਮਾਸ਼ਾਅੱਲਾ, ਥਣ ਦੇਖੋ ਪੂਰੀਆਂ ਵਿਰਲਾਂ 'ਤੇ, ਪੂਰੇ ਥੱਬੇ ਮਾਰੀ ਫਿਰਦੀ ਜਨਾਬ ਮਾਸ਼ਾਅੱਲਾ। ਬੜੀ ਪਿਆਰੀ ਅਤੇ ਨਸਲ ਜ਼ਾਤ ਵਾਲੀ ਝੋਟੀ ਹੈ। ਚੂਰਕੋਣ ਸਿੰਘ ਨੇ ਥੋੜ੍ਹੇ ਜਿਹੇ ਖੁੱਲ੍ਹੇ ਮੁੜੇ ਨੇ, ਚਿੱਟੀ ਸਫੈਦ ਅੱਖ ਹੈ, ਬੱਗੀ ਮੁੱਛ ਹੈ, ਇੱਕ ਅੱਖ ਦੇ ਵਿੱਚ ਥੋੜ੍ਹਾ ਜਿਹਾ ਕਾਲਾ ਟੋਕੇ ਅਤੇ ਜਨਾਬ ਹੈ ਬੁੱਚ ਪਾਇਆ ਹੈ, ਪਿਓਰ ਦਰਿਆ ਦੀ ਮੱਝ ਮਾਸ਼ਾਅੱਲਾ। ਬੜੀ ਨਸਲ ਜ਼ਾਤ ਵਾਲੀ ਅਤੇ ਤੁੰਨੀ ਕੋੜੀ ਬਿਲਕੁਲ ਪਾਕ ਹੈ। ਬਾਕੀ ਹਰ ਚੀਜ਼ ਮੇਰੇ ਕੈਮਰੇ ਦੀ ਨਜ਼ਰ ਮਾਸ਼ਾਅੱਲਾ। ਇਸ ਦਾ ਦੇਖੋ ਚੰਗੀ ਚੌੜੀ ਪਿੱਛੋਂ ਮਾਸ਼ਾਅੱਲਾ, ਜਿੰਨੀ ਚੌੜੀ ਓਨਾ ਚੌੜਾ ਹੀ ਹਵਾਨਾ ਹੈ। ਅਤੇ ਮੇਰੇ ਕੈਮਰੇ ਦੀ ਨਜ਼ਰ ਹਰ ਇੱਕ ਚੀਜ਼ ਤੁਹਾਨੂੰ ਤਸੱਲੀ ਬਖਸ਼ ਦਿਖਾਵਾਂਗੇ ਤਾਂ ਕਿ ਕੋਈ ਵੀ ਸ਼ੱਕ ਦੀ ਗੱਲ ਨਾ ਰਹੇ। ਇਹ ਜਨਾਬ ਦੇਖੋ ਕੋਈ ਹਵਾਨੇ ਦੇ ਵਿੱਚ ਫਰਕ ਨਹੀਂ, ਬਿਲਕੁਲ ਇੱਕੋ ਜਿਹੇ ਥਾਂ ਨੇ ਚਾਰੋਂ ਮਾਸ਼ਾਅੱਲਾ। ਬੜੇ ਪਿਆਰੇ ਅਤੇ ਖੂਬਸੂਰਤ, ਇਹ ਕਿੰਨੇ ਦਿਨ ਲਵੇਗੀ, ਕੀ ਹਿਸਾਬ ਕਿਤਾਬ ਹੈ। ਹਰ ਇੱਕ ਚੀਜ਼ ਮੇਰੇ ਕੈਮਰੇ ਦੀ ਨਜ਼ਰ ਤੁਹਾਨੂੰ ਤਸੱਲੀ ਨਾਲ ਦਿਖਾਵਾਂਗੇ, ਉਸ ਤੋਂ ਬਾਅਦ ਮਾਰਕ ਨਾਲ ਪੁੱਛਾਂਗੇ। ਇਹ ਜਨਾਬ ਦੇਖੋ ਮਾਸ਼ਾਅੱਲਾ ਬੜਾ ਪਿਆਰਾ ਥਾਣੇ ਦਾ, ਚੱਡਾ ਵੀ ਚੰਗਾ, ਜਿੰਨੀ ਆਪ ਹੈ ਉਨਾ ਹੀ ਮਾਸ਼ਾਅੱਲਾ ਚੱਡਾ ਲਈ ਖੜੀ। ਅੱਛਾ ਵਕੀਲ ਭਾਈ, ਆ ਬਿਲਕੁਲ ਆ ਮੂੰਹ ਫੜ ਕੇ ਵਹਾਉਣਾ ਸੀ। ਅਤੇ ਚੰਗਾ ਵੱਡਾ ਕੱਦ ਹੈ, ਛੋਟੇ ਕੱਦ ਨਹੀਂ। ਆ ਜਨਾਬ ਦੇਖੋ ਭਾਈ ਰਾਂ ਦੀ ਮੋਢੇ ਨਾਲ ਜਿਹੜੀ ਉੱਚੀ ਹੈ, ਅਤੇ ਮਾਸ਼ਾਅੱਲਾ ਚੰਗਾ ਸੋਹਣਾ ਸੁਥਰਾ ਕੱਦ। ਮੂੰਹ ਫੜਾਵੇਗੀ ਕਿ ਨਹੀਂ ਫੜਾਉਣੀ? ਲੋਹਾ ਕਰਮਾਲੀ। ਇਹ ਜਨਾਬ ਦੋਸਤੋ ਦੇਖੋ ਮਾਸ਼ਾਅੱਲਾ ਮੂੰਹ ਦੀ ਪੋਲੀ, ਬੱਗੀ ਮੁੱਛ, ਬੜੀ ਪਿਆਰੀ ਮੱਝ ਹੈ, ਹਰ ਪਾਸੋਂ ਸਾਫ਼ ਸੁਥਰੀ, ਸੋਹਣੀ ਸੁਥਰੀ ਮੱਝ ਹੈ। ਅਤੇ ਇਹ ਜਨਾਬ ਦੇਖੋ ਹਵਾਨਾ ਦੀਆਂ ਮਾਸ਼ਾਅੱਲਾ ਚੰਗੀਆਂ ਤੱਕਾਂ ਲਾਈ ਖੜੀ ਹੈ, ਚੰਗਾ ਸੁਥਰਾ ਥੱਬੇ ਦਾ ਹਵਾਨਾ ਹੈ ਮਾਸ਼ਾਅੱਲਾ। ਬਾਕੀ ਮਾਲਕ ਕੋਲ ਲਵਾਂਗੇ ਇਹਦੀ ਗਰੰਟੀ ਕਿ ਕੀ ਹਿਸਾਬ ਕਿਤਾਬ ਹੈ। ਕੈਮਰਾਮੈਨ ਸਾਹਿਬ ਮੱਝ ਦਿਖਾਉਂਦੇ ਨੇ, ਨਾਲ ਹੀ ਮਾਲਕ ਕੋਲ ਪੁੱਛੀ ਜਾਂਦੇ। ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜਨਾਬ, ਕੀ ਹਾਲ ਹੈ? ਅੱਛਾ ਵਕੀਲ ਭਾਈ, ਪਹਿਲੇ ਨੰਬਰ 'ਤੇ ਦੱਸ ਦਿਓ ਕਿ ਕਿੰਨਵਾਂ ਜਿਹੜਾ ਨਾ ਇਹਨੇ ਸੁਬਾਹ ਸੋਣਾ ਭਾਈ? ਦੂਸਰਾ ਦੂਸਰਾ ਸੁਬਾਹ ਜੈਨਮਨ 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 ਅੱਛਾ, ਪਹਿਲੇ ਸੁਬਹ ਦਾ ਕੋਈ ਅੰਦਾਜ਼ਾ ਦੁੱਧ ਦਾ? ਇਹ ਤਾਂ ਮਾਲਕਾਂ ਨੂੰ ਪਤਾ ਹੋਣਾ। ਅੱਛਾ ਠੀਕ ਹੋ ਗਿਆ, ਅਤੇ ਇਹ ਜਿਹੜਾ ਕਿੰਨੇ ਦਿਨ ਲੈਂਦੀ ਹੈ ਦੱਸ ਦਿਓ? ਹੁਣ ਤਿਆਰ ਹੈ ਭਾਈ ਰਜੋਲੀ, ਇੱਕ ਦਿਨ ਲੈ ਲਵੇ, ਦੋ ਦਿਨ ਲੈ ਲਵੇ, ਚਾਰ ਦਿਨ, ਇਹ ਤਾਂ ਇਹਦੀ ਮਰਜ਼ੀ ਹੋਣਾ। ਡਾਲੇ 'ਚ ਪੈ ਕੇ ਆਈ ਤੈਨੂੰ ਪਤਾ, ਵਾਧਾ ਘਾਟਾ ਵੀ ਹੋ ਸਕਦਾ, ਇਵੇਂ ਨਾ ਦਿਹਾੜੀ ਪਹਿਲਾਂ ਵੀ ਸੂ ਸਕਦੀ ਹੈ, ਪਿੱਛੋਂ ਵੀ ਸੂ ਸਕਦੀ। ਨਹੀਂ ਵੈਸੇ ਮਾਲਕਾਂ ਨੇ ਦੱਸਿਆ ਕੋਈ? ਮਾਲਕਾਂ ਨੇ ਕਿਹਾ ਸਾਡੀ ਮੈਂ ਦੇ ਦੋ ਚਾਰ ਦਿਨ ਪੈਣੇ ਜੀ। ਚਾਰ ਦਿਨ ਪੈਣ? ਹਾਂਜੀ, ਦੋ ਚਾਰ ਦਿਨ ਠੀਕ ਹੋ। ਅੱਛਾ ਮੁਨਾਸਬ ਜੀ ਕੀਮਤ, ਪਿਆਰ ਮੁਹੱਬਤ ਵਾਲੀ? ਪਿਆਰ ਮੁਹੱਬਤ ਭਾਈ ਰਜਵਲੀ ਨੇ 370,000 ਰੁਪਇਆ ਕੀਮਤ। 370,000? ਹਾਂਜੀ। ਕੋ ਪਿਆਰ ਮੁਹੱਬਤ ਕਰ ਲਾਂ ਦਿਓ ਥੋੜਾ ਬਹੁਤਾ, ਇਨਸ਼ਾਅੱਲਾ ਜ਼ਿਆਦਾ ਕਰ ਲਾਂ ਜਿਵੇਂ ਤੂੰ ਆਖਿਆ। ਕੋਈ ਵਿੱਚੇ ਸਾਡੇ ਨਾਲ ਵੀ ਕਰ ਲਿਆ ਕਰਕੇ ਬਾਅਦ ਚ ਭਾਈ? ਨਹੀਂ, ਅੱਲਾਹ ਤੋਂ ਖੈਰ, ਮੈਂ ਏਡੀ ਮੈਂ ਲੱਭਦੀ ਯਾਰ, ਤੂੰ ਆਪ ਸਿਆਣਾ, ਸਾਰੀ ਦਿਹਾੜੀ ਧੱਕੇ ਖਾਈ ਦੇ ਬਾਅਦ। ਅੱਛਾ ਮੈਂ ਦੀ ਨਸਲ ਜ਼ਾਤ ਦਾ ਕੋਈ ਪਤਾ? ਨੀਲੀ ਦੀ ਮੱਝ ਦਰਿਆ ਤੋਂ ਨਾ ਆਈ ਹੋਵੇ ਤਾਂ ਹੀ ਮੱਝ ਆਪਾਂ ਦੇ ਦਾਂਗੇ, ਫ੍ਰੀ ਦੇ ਦਾਂਗੇ, ਹੋਰ ਦੱਸ। ਦੋਸਤੋ ਨੀਲੀ ਦਰਿਆ ਤੋਂ ਮੱਝ ਆਈ ਹੈ ਜਨਾਬ, ਤੇ ਹਰ ਪਾਸੋਂ ਤੁਹਾਡੇ ਸਾਹਮਣੇ ਮੇਰੇ ਕੈਮਰੇ ਦੇ ਨਾਲ ਤੁਹਾਨੂੰ ਤਸੱਲੀ ਕਰਵਾ ਰਹੇ ਹਾਂ ਤੇ ਮਾਲਕਾਂ ਦੀ ਗਰੰਟੀ ਹੈ ਕਿ ਜਨਾਬ ਅਗਰ ਨੀਲੀ ਦੀ ਮੱਝ ਨਾ ਹੋਵੇ ਤੇ ਮੱਝ ਫ੍ਰੀ ਦੇ ਦਿਆਂਗੇ। ਚੰਗਾ, ਹਰ ਪਾਸੋਂ ਸਾਫ ਸੁਥਰੀ, ਸੋਹਣੀ ਸੁਥਰੀ ਮੱਝ, ਕੱਦ ਵੱਡਾ। ਸਾਡਾ ਰਾਬਤਾ ਨੰਬਰ 0307-6563-6651, ਸਾਡਾ ਵਟਸਐਪ ਨੰਬਰ ਵੀ ਹੈ, ਈਮੋ ਨੰਬਰ ਵੀ ਹੈ। ਅਤੇ ਜਨਾਬ ਜ਼ਿਲ੍ਹਾ ਆਰਫਵਾਲਾ, ਤਹਿਸੀਲ ਆਰਫਵਾਲਾ, ਜ਼ਿਲ੍ਹਾ ਪਾਕਪਤਨ, ਅਤੇ ਆਰਫਵਾਲਾ ਤੋਂ 5 ਕਿਲੋਮੀਟਰ ਸਾਈਡ 'ਤੇ ਖੜ੍ਹੇ ਹਾਂ। ਅਤੇ ਜਨਾਬ ਦੇਖੋ ਮਾਸ਼ਾਅੱਲਾ ਪਸ਼ਮ ਦੇਖੋ ਇਹਦੇ 'ਤੇ ਕਿੰਨੀ ਵੱਡੀ, ਪੂਰੇ ਜਿਸਮ 'ਤੇ ਪਸ਼ਮ ਹੈ ਅਤੇ ਚੰਗੀ ਚੌੜੀ ਅਤੇ ਵੱਡੀ ਮੱਝ ਹੈ। ਇਹ ਜਨਾਬ ਦੇਖੋ ਮਾਸ਼ਾਅੱਲਾ ਬੜੀ ਪਿਆਰੀ ਮੱਝ ਹੈ। ਬਾਕੀ ਹਰ ਇੱਕ ਚੀਜ਼ ਮੇਰੇ ਕੈਮਰੇ ਦੀ ਨਜ਼ਰ ਤੁਹਾਨੂੰ ਤਸੱਲੀ ਨਾਲ ਦੁਬਾਰਾ ਦੁਬਾਰਾ ਇਸ ਵਾਸਤੇ ਦਿਖਾ ਰਹੇ ਹਾਂ ਕਿ ਕੋਈ ਵੀ ਬਾਅਦ ਦੇ ਵਿੱਚ ਕਿ ਇਹ ਨਾ ਰਵੇ ਕਿ ਯਾਰੇ ਦੀ ਇਹ ਚੀਜ਼ ਦਿਸੀ ਨਹੀਂ। ਉਮੀਦ ਕਰਾਂਗੇ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਈ ਹੋਗੀ। ਮਿਲਣੇ ਅਗਲੀ ਵੀਡੀਓ 'ਚ, ਖੁਦਾ ਹਾਫਿਜ਼ ਜੀ।